ਰਾਮ ਰਹੀਮ ਉਹਨਾਂ ਦਾ ਆਪਣਾ ਬੰਦਾ ਹੈ, ਸਿੱਖਾਂ ਨਾਲ ਉਹਨਾਂ ਦੀ ਵਿਰੋਧਤਾ ਹੈ, ਸਿੱਖਾਂ ਨੂੰ ਮਾਰਨਾ, ਸਿੱਖਾਂ ਦਾ ਜੈਨੋਸਾਈਡ ਕਰਨਾ ਇਹ ਹਕੂਮਤ ਦੀ ਪਾਲਿਸੀ ਹੈ। ਰਾਮ ਰਹੀਮ ਵੀ ਤਾਂ ਕੱਢਿਆ ਗਿਆ ਬਾਹਰ ਵੀ ਉਹ ਆਣ ਕੇ ਪੰਜਾਬ 'ਚ ਡੇਰੇ ਬਣਾਵੇ ਅਤੇ ਸਿੱਖਾਂ ਨਾਲ ਕਾਨਫਲਿਕਟ ਖੜੇ ਕਰੇ। ਐਸ ਜੀ ਪੀ ਸੀ ਦੇ ਅਧੀਨ ਤਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਐਸ ਜੀ ਪੀ ਸੀ ਵਾਲੇ ਆਪ ਉਹੋ ਜਿਹੇ ਕੰਮ ਕਰਨ ਲੱਗ ਪੈਂਦੇ, ਫਿਰ ਆਪ ਚੋਣਾਂ 'ਤੇ ਹੋਲਡ ਕਰ ਲੈਣਗੇ, ਉਹਨਾਂ ਬੰਦਿਆਂ ਨੂੰ ਵੋਟਾਂ ਪਵਾਉਣਗੇ ਜਿਹੜੇ ਉਹਨਾਂ ਦੀ ਮਰਜ਼ੀ ਹੋਊਗੀ। ਸੋ ਇਹ ਕਿਸੇ ਸਿੱਖਾਂ ਦਾ ਹੋਣਾ ਚਾਹੀਦਾ, ਪਰ ਐਸ ਜੀ ਪੀ ਸੀ ਦੇ ਕੰਟਰੋਲ 'ਚ ਨਾ ਹੋਵੇ। ਕਿਸੇ ਵੀ ਨੈਸ਼ਨਲ ਪਾਰਟੀ ਦਾ ਚੋਣਾਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਿੱਸਾ ਲੈਣਾ ਮੰਦਭਾਗੀ ਗੱਲ ਹੈ, ਕਿਉਂਕਿ ਜਿਹੜਾ ਵੀ ਮਨੁੱਖ ਸਿੱਖ ਹੱਕਾਂ ਦੀ ਗੱਲ ਨਹੀਂ ਕਰਦਾ, ਜਿਹੜਾ ਸਿੱਖਾਂ ਨੂੰ ਸਨਾਤਨੀ ਕਹਿੰਦਾ, ਜਿਹੜਾ ਸਿੱਖਾਂ ਨੂੰ ਮਤਲਬ ਹਿੰਦੂਆਂ ਦਾ ਅੰਗ ਕਹਿੰਦਾ, ਉਹਦਾ ਕੋਈ ਫਰਜ਼ ਨਹੀਂ ਬਣਦਾ ਵੀ ਉਹ ਸਿੱਖ ਇਹਨਾਂ 'ਚ ਜਿਹੜਾ ਵਾ ਇਲੈਕਸ਼ਨ 'ਚ ਲੜੇ। ਦੇਖੋ ਉਹਨਾਂ ਬੰਦਿਆਂ ਦੀ ਹਮਾਇਤ ਕਰਾਂਗੇ ਜਿਹੜੇ ਪੰਥ ਦੀ ਆਜ਼ਾਦੀ, ਪੰਥ ਦੇ ਹੱਕਾਂ ਦੀ ਗੱਲ ਕਰਦੇ ਆ। ਜਿਹੜੇ ਵੀ ਬੰਦੇ ਹੋਣਗੇ ਅਸੀਂ ਕਹਾਂਗੇ ਵੀ ਇੱਕਜੁੱਟ ਹੋ ਕੇ ਤੁਸੀਂ ਕੰਮ ਕਰੋ, ਅਸੀਂ ਤੁਹਾਡੇ ਨਾਲ ਹਾਂ। ਨਹੀਂ ਦੇਖੋ ਕੋਈ ਇੱਦਾਂ ਦਾ ਬਿਆਨ ਨਹੀਂ ਆਇਆ, ਉਹ ਮੀਡੀਆ ਕਿਸੇ ਵੇਲੇ ਸਮਝਣ 'ਚ ਗਲਤੀ ਕਰ ਜਾਂਦਾ, ਉਹ ਸਾਡੇ ਨਾਲ ਸਾਥ ਦੇ ਰਹੇ ਨੇ, ਅਸੀਂ ਉਹਨਾਂ ਦਾ ਸਾਥ ਦੇ ਰਹੇ ਹਾਂ। ਅਤੇ ਇਹ ਮੈਨੂੰ ਲੱਗਦਾ ਵੀ ਜਦੋਂ ਰਾਹ ਕਈ ਵੇਲੇ ਵੱਖਰੇ ਵੱਖਰੇ ਜ਼ਰੂਰ ਹੁੰਦੇ ਆ, ਪੰਥ ਦੀ ਆਜ਼ਾਦੀ ਨਹੀਂ ਜਾਂਦੇ, ਪਰ ਇਹਦਾ ਅਰਥ ਇਹ ਨਹੀਂ ਵੀ ਅਸੀਂ ਆਪਸ 'ਚ ਕੋਈ ਵਿਰੋਧਤਾ ਸਾਡੀ, ਜ਼ਰੂਰੀ ਨਹੀਂ ਹਰ ਬਿਆਨ 'ਤੇ ਸਹਿਮਤੀ ਹੋਵੇ, ਸਾਨੂੰ ਮਾੜਾ ਮੋਟਾ ਜਿਹੜਾ ਇੱਕ ਜਿਹੜਾ ਡਿਸਪਿਊਟ ਆ ਬਿਆਨਾਂ ਦੇ ਵਿੱਚ ਜਾਂ ਵਿਚਾਰਧਾਰਕ ਜਿਹੜਾ ਵਖਰੇਵਾਂ, ਇਹਨੂੰ ਬਰਦਾਸ਼ਤ ਕਰਨਾ ਸਿੱਖਣਾ ਚਾਹੀਦਾ। ਨਹੀਂ ਇਹ ਤਾਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਾਹਦਾ ਵਿਰੋਧ ਕਰ ਰਹੇ ਜੋ, ਮੈਂ ਵੀ ਤਾਂ ਧਾਰਮਿਕ ਸਮਾਗਮ ਜਾ ਕੇ ਧਾਰਮਿਕ ਗੱਲਾਂ ਹੀ ਕਰ ਰਿਹਾ ਜਾਂ ਨਸ਼ੇ ਛਡਾਉਣ ਦੀ ਗੱਲ ਕਰ ਰਿਹਾ, ਅਤੇ ਇਹਦਾ ਜੇ ਵਿਰੋਧ ਕਰਨ 'ਤੇ ਕਰੀ ਜਾਣਾ, ਆਪਾਂ ਨੂੰ ਉਸ ਗੱਲ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਹ ਕਰ ਇਹਨਾਂ ਦਾ ਕੰਮ ਹੈ ਵਿਰੋਧ ਕਰਨਾ, ਬਸ ਸਿਕਿਉਰਟੀਆਂ ਲੈਣੀਆਂ, ਅਤੇ ਕੋਈ ਪਤਨੀ ਨੂੰ ਕੋਈ ਹੋਰ ਹੀ ਕੋਈ ਫੋਨ ਕਰ ਦਿੰਦਾ, ਫਿਰ ਇਹਨਾਂ ਕਹਿਣਾ ਸਾਨੂੰ ਧਮਕੀ ਆ ਗਈ ਹੈ ਵੀ ਸਰਕਾਰ ਦੇ ਖਰਚੇ ਦੇ ਉੱਤੇ ਲੋਕਾਂ ਦੇ ਟੈਕਸ 'ਤੇ ਖਰਚੇ ਸਿਕਿਉਰਟੀਆਂ ਲੈ ਕੇ ਘੁੰਮਣਾ। ਅਤੇ ਫਿਰ ਇਹ ਨਾ ਅਸਲ ਦੇ ਵਿੱਚ ਸਰਕਾਰ ਨੇ ਇਹ ਬੰਦਿਆਂ ਨੂੰ ਰੱਖਿਆ ਹੀ ਤਾਂ ਵਾ ਵੀ ਇਹ ਜਦੋਂ ਪੰਜਾਬ ਦਾ ਮਾਹੌਲ ਵਿਗਾੜਨਾ ਹੋਵੇ, ਇਹ ਗਲਤ ਮਲਤ ਬਿਆਨ ਦਿੰਦੇ ਨੇ, ਫਿਰ ਜਦੋਂ ਇਹਨਾਂ ਨੂੰ ਕੋਈ ਧਮਕੀ ਦੇ ਦਿੰਦਾ, ਉਹ ਹੀ ਹੁਣ ਪਤਾ ਨਹੀਂ ਕੌਣ ਦਿੰਦਾ ਧਮਕੀ, ਫਿਰ ਇਹ ਸਿਕਿਉਰਟੀ ਲੈ ਕੇ ਫਿਰ ਹੋਰ ਬੋਲਣਾ ਸ਼ੁਰੂ ਕਰ ਦਿੰਦੇ ਨੇ। ਸੋ ਇਹ ਸਿੱਖਾਂ ਦੇ ਵਿਰੋਧ ਮੈਨੂੰ ਸਮਝ ਨਹੀਂ ਆਉਂਦੀ ਵੀ ਸ਼ਿਵ ਸੈਨਾ ਨਾਂ ਰੱਖ ਕੇ ਇਹਨਾਂ ਨੇ ਸ਼ਿਵ ਦਾ ਨਾਂ ਵੀ ਬਦਨਾਮ ਕੀਤਾ ਪਿਆ। ਇਹਨਾਂ ਨੂੰ ਚਾਹੀਦਾ ਵੀ ਪੰਜਾਬ ਦੇ ਹੱਕਾਂ ਦੀ ਕੋਈ ਗੱਲ ਕਰਨ, ਪੰਜਾਬ ਦੇ ਹੱਕਾਂ ਦੀ ਖੜਨ ਲੜਨ, ਅਤੇ ਆਮ ਹਿੰਦੂ ਇਹਨਾਂ ਤੋਂ ਤੰਗ ਆਇਆ ਪਿਆ। ਬਹੁਤ ਨੌਜਵਾਨਾਂ ਨੂੰ ਕਹਿੰਦੇ ਵੀ ਤੁਸੀਂ ਕੁਛ ਨਾ ਕਰੋ, ਅਸੀਂ ਇਹਨਾਂ ਦਾ ਆਪੇ ਇਲਾਜ ਕਰਾਂਗੇ, ਸੋ ਅਸੀਂ ਤਾਂ ਉਹਨਾਂ ਦੇ ਛੱਡੀਏ ਗੱਲ ਆਦਿ।